ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡ ਵਾਲਾ ਜੱਟ ਚੈਨਲ 'ਚ ਸਵਾਗਤ ਕਰਦੇ ਹਾਂ ਜੀ। ਆਸ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ, ਠੀਕ ਹੋਵੋਗੇ, ਚੜ੍ਹਦੀ ਕਲਾ ਵਿੱਚ ਹੋਵੋਗੇ। ਚਲੋ ਵਧੀਆ ਗੱਲ ਹੈ, ਹੋਣੀ ਵੀ ਚਾਹੀਦੀ ਹੋ। ਕਰਦੇ ਹਾਂ ਅੱਜ ਦੇ ਵਲੋਗ ਦੀ ਸ਼ੁਰੂਆਤ ਜੀ। ਉਸ ਤੋਂ ਪਹਿਲਾਂ ਫਰੈਂਡ ਸਾਡੇ ਚੈਨਲ 'ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕ ਸਭ ਤੋਂ ਪਹਿਲਾਂ ਜੀ। ਅਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ, ਲਾਈਕ, ਸ਼ੇਅਰ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਹਾਲੇ ਤੱਕ ਜ਼ਰੂਰ ਦੇਖਿਆ ਕਰੋ ਜੀ। ਕਰਦੇ ਹਾਂ ਅੱਜ ਦੇ ਵਲੋਗ ਦੀ ਸ਼ੁਰੂਆਤ ਜੀ। ਆ ਜਾਓ ਮੇਗਾ ਲੱਗਿਆ ਬਾਈ 5500 ਰੁਪਏ ਦੇ ਦੇ। ਬਸ 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 ਲੱਡੂ ਖਾਓ। ਅੱਧ ਕਰ ਰਹੇ ਹਾਂ ਇੱਧਰ ਹੀ ਮਾਮੂ ਆ। ਮੈਂ ਵੀ ਮਾਮੂ ਆ ਤੇਰਾ। ਸਤਿ ਸ਼੍ਰੀ ਅਕਾਲ, ਮੈਨੂੰ ਭੁੱਲ ਗਏ। ਖਾਣੇ ਚ ਮਸ਼ਰੂਮ ਹੈ। ਛੋਟੇ ਹੈਪੀ, ਉਹ ਕੌਣ ਆ? ਉਹ ਕਾਕਾ ਕਿੱਥੇ? ਕਾਕਾ ਕਾਕਾ ਕਿੱਥੇ ਆ? ਹੈਂ ਚਿੱਟੂ ਕਿਸ ਤਰ੍ਹਾਂ ਕਰੀ ਜਾਂਦੇ ਰਵਾਉਣ ਸਮਝ ਜਵਾਕਾਂ ਨੂੰ ਰਵਾਉਣ। ਬਾਜੀ ਥੈਂਕ ਯੂ ਜੀ, ਖੁਸ਼ ਹੋ ਗਿਆ ਬਾਈ। ਬਾਈ ਯੂਟਿਊਬ ਭਾਅ ਜੀ ਹਾਂ ਪਛਾਣ ਕਰ ਰਿਹਾ ਲੈ। ਭਾਅ ਜੀ ਘੱਟ ਖਾਓ। ਪੋਜ ਬਣਾ ਲਿਆ ਪੂਰੇ ਪੋਜ। ਕਹਿਣਾ ਕਹਿਣਾ ਭਾਅ ਜੀ ਇਹ ਕਿਹੜੀ ਕਿਹੜੇ ਟਾਈਮ ਆਵੇ? 7 ਵਜੇ ਆਵੇ ਮੈਂ ਕੱਲ ਨੂੰ। ਹੈ ਕਮਾਲ ਅਮਰ ਮੇਨ ਬੰਦਾ ਰਹਿ ਗਿਆ ਤਾ। ਭਾਅ ਜੀ ਵੀਡੀਓ ਬਣਾ ਕੇ ਟਿੱਟਾ ਕਰ।
ਅਮਰੀਕ ਤੂੰ ਵੀ ਆ ਜਾ ਝਾੜੂ ਝਾੜੂ ਮੈਡਮ ਝਾੜੂ ਟੁੱਟਣੇ ਚਾਹੀਦੇ ਹੈਗੇ ਦੋਵੇਂ ਵੇਟਿੰਗ ਦੇ ਵਿੱਚ ਹੈ ਭਾਜੀ ਵੀਡੀਓ ਹੋ ਜਾਏਗਾ ਤਾਂ ਦੱਸ ਦਿਓ ਹੈ ਬਸ ਵੀਰੇ ਹੋ ਗਿਆ ਨਹੀਂ ਨਹੀਂ ਕਿਸ਼ੋਰ ਇੱਧਰ ਲਾਣ ਦੇ ਇੱਧਰ ਲੈਣਾ ਹੀ ਲਾਈਟ ਤੁਸੀਂ ਦੇਣੀ ਆ ਇੱਧਰ ਸਾਈਡ ਹੋ ਗਿਆ ਲੋ ਰਿਸ਼ਤੇਦਾਰ ਬਾਹਰ ਖੜੇ ਆ ਕਈ ਵਾਰ ਰੋਟੀ ਰੋਟੀ ਹਜਮ ਕਰਨ ਆਏ ਆ ਹਨਾ ਅੰਦਰ ਏਸੀ ਜ਼ਿਆਦਾ ਉਹ ਕਰ ਅਰਮਾਨ ਸੀਤਕ ਸਿੰਘ ਭਾਈ ਸਾਹਿਬ ਆ ਸਾਡਾ ਵੱਡਾ ਵੱਡਾ ਵੀਰ ਉਹਨਾਂ ਦੀ ਤਾਂ ਕੈਮਰੇ ਵਾਲੇ ਬਹੁਤ ਖਿੱਚ ਰਹੇ ਆ ਆਪਾਂ ਆਪਣੀਆਂ ਖਿੱਚੀਏ ਕਿ ਨਹੀਂ ਡਿਊਟੀ ਲੱਗੀ ਹੈ ਚਲੋ ਪੁਰਾਣੇ ਕਲਾਕਾਰ ਹੋਣ ਦੇ ਨਾਤੇ ਪੁਰਾਣੇ ਗੀਤਾਂ ਤੋਂ ਸ਼ੁਰੂ ਕਰਦੇ ਹਾਂ ਵੈਸੇ ਤਾਂ ਸਰਦਾਰ ਰਾਜਿੰਦਰ ਸਿੰਘ ਜੀ ਨੇ ਵੀ ਬਹੁਤ ਪਰਵੇਸ਼ਾਂ ਪਾਈਆਂ ਨੇ ਪਰ ਉਹ ਇੰਨੇ ਪੁਰਾਣੇ ਨੇ ਅਤੇ ਬਹੁਤ ਹੀ ਜ਼ਿਆਦਾ ਪੁਰਾਣੇ ਨੇ ਫਿਰ ਵੀ ਜਿਹੜੇ ਜਿਹੜੇ ਯਾਦ ਹੋਣਗੇ ਉਹ ਸੁਣਾ ਦੇਵਾਂਗੇ ਸੁਣੇ ਤਰ੍ਹਾਂ ਨਾਲ ਸਾਉਣ ਦਾ ਮਹੀਨਾ ਕੁੜੀਆਂ ਚਿੜੀਆਂ ਦੇ ਤਿਉਹਾਰਾਂ ਦਾ ਮਹੀਨਾ ਹੁੰਦਾ ਦਹੀਆਂ ਵਰੀਆਂ ਬੀਬੀਆਂ ਵੀ ਸਹੁਰਿਆਂ ਤੋਂ ਪੇਕਿਆਂ ਨੂੰ ਆ ਜਾਂਦੀਆਂ ਨੇ ਵਿਛੜੀਆਂ ਸਹੇਲੀਆਂ ਨੂੰ ਮਿਲਣ ਵਾਸਤੇ ਤੀਆਂ ਦਾ ਤਿਉਹਾਰ ਦੇਖਣ ਵਾਸਤੇ ਇੱਕ ਗੱਭਰੂ ਸਾਉਣ ਦੇ ਮਹੀਨੇ ਹੀ ਸਹੁਰੀ ਜਾ ਬਣਿਆ ਸਾਉਣ ਦੇ ਮਹੀਨੇ ਕਾਹਦੇ ਵਾਸਤੇ ਘਰਵਾਲੀ ਨੂੰ ਲਿਆਉਣ ਵਾਸਤੇ ਉਹ ਉਹਨੂੰ ਵੇਖ ਕੇ ਗੁੱਸੇ 'ਚ ਆ ਕੇ ਕਹਿੰਦੀ ਤੈਨੂੰ ਅਕਲ ਉਕਲ ਹੈ ਨਹੀਂ ਅੱਗੋਂ ਕਹਿੰਦਾ ਹੈਗੀ ਹੈ ਉਹ ਕਹਿੰਦੀ ਕਿੱਥੇ ਹੈ ਮੈਨੂੰ ਤਾਂ ਦਿਖਦੀ ਕਿਤੇ ਨਹੀਂ ਹੈ ਤੈਨੂੰ ਰਸ ਬੋਲੇ ਆਵਾਜ਼ ਦਾ ਪਤਾ ਨਹੀਂ ਤੈਨੂੰ ਨਹੀਂ ਪਤਾ ਵੀ ਮਾਪੇ ਧੀਆਂ ਨੂੰ ਸਾਉਣ ਦੇ ਮਹੀਨੇ ਨਹੀਂ ਤੋੜਦੇ ਹੁੰਦੇ ਤੂੰ ਕਿਵੇਂ ਮੂੰਹ ਚੱਕ ਕੇ ਆ ਗਿਆ ਸੀਗਾ ਵਿਚਾਰਾ ਮੇਰੇ ਵਰਗਾ ਸਿੱਧਾ ਸਾਧਾ ਘਰਵਾਲੀ ਦੀ ਗੱਲ ਸੁਣ ਕੇ ਸੱਚੀ ਮੁੱਚੀ ਘਬਰਾ ਗਿਆ ਅੰਦਰ ਵੜ ਕੇ ਘਰਵਾਲੀ ਨੂੰ ਕਹਿੰਦਾ ਭਲੀਏ ਲੋਕੇ ਭਲੀਏ ਲੋਕੇ ਉਹ ਭਲੀਏ ਲੋਕੇ ਭਲੀਏ ਲੋਕੇ ਭਲੀਏ ਲੋਕੇ ਜੇ ਮੈਂ ਗਲਤੀ ਨਾਲ ਆ ਹੀ ਗਿਆ ਤਾਂ ਮੇਰੀ ਆਏ ਦੀ ਬੇਇੱਜ਼ਤੀ ਨਾ ਕਰ ਹੁਣ ਚਲੀ ਚੱਲ ਤੜਕੇ ਚਾਹੇ ਮੂੰਹ ਨੇਰੇ ਮੁੜੇ ਆਏ ਕਹਿੰਦੀ ਕਿਉਂ ਮੇਰਾ ਚੱਕੀ ਦੇ ਪੁੜਾਂ ਵਿਚਾਲੇ ਹੱਥ ਆਇਆ ਹੋਇਆ ਹੁਣ ਜਾਵਾਂ ਸਵੇਰੇ ਮੁੜ ਕੇ ਆਵਾਂ ਮੈਂ ਤਾਂ ਵੱਲੋਂ ਪਿੱਛੋਂ ਆਊਂਗੀ ਉਹ ਜਾਣ ਤੋਂ ਸਾਫ਼ ਇਨਕਾਰ ਕਰ ਦਿੰਦੀ ਹੈ ਗੱਭਰੂ ਲਿਜਾਣ ਵਾਸਤੇ ਬਹਾਨੇ ਕੱਢਦਾ ਕਦੇ ਕਹਿੰਦਾ ਬੁੜੀ ਕੋਠੇ ਤੋਂ ਡਿੱਗਦੇ ਦਾ ਚੂੜਾ ਨਿਕਲ ਗਿਆ ਕਦੇ ਕਹਿੰਦਾ ਬੁੜੀ ਨੇ ਮੱਝ ਨੂੰ ਮਾਰਿਆ ਮੱਝ ਮੰਜੇ ਤੇ ਪਈਆ ਰਜਾਈ ਲੈ ਮੱਝ ਨਹੀਂ ਬੁੜੀ ਪਈਆ ਇਹੀ ਮੈਂ ਕਹਿੰਦਾ ਮੱਝ ਪਈਆ ਬੁੜੀ ਮੱਝ ਬੁੜੀ ਬੁੜੀ ਮੱਝ ਮੱਝ ਬੁੜੀ ਹੋ ਗਈ ਕੀ ਹੋ ਗਿਆ ਮਾਫ਼ ਕਰਨਾ ਸਵੇਰੇ ਕਿਹਦੇ 'ਚ ਨਾਸ਼ਤਾ ਖਾ ਗਿਆ ਸੀ ਇਸ ਕਰਕੇ ਜਵਾਨ ਤਿੜਕੀ ਜਾਂਦੀ ਹੈ ਉਹ ਜਾਣ ਤੋਂ ਨਾ ਕਰਦੀ ਹੈ ਗੱਭਰੂ ਲਿਜਾਣ ਵਾਸਤੇ ਬਹਾਨੇ ਕੱਢਦਾ ਉਹ ਕੀ ਕਹਿੰਦੀ ਹੈ ਉਹ ਕੀ ਕਹਿੰਦਾ ਕੀ ਪੇਸ਼ਕਸ਼ ਲੱਗੇ
Thank you.
चलते
ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਆਉਣੀ ਸਭ ਤੋਂ ਪਹਿਲਾਂ ਜੀ ਸ਼ੰਗਾ ਜੀ ਸਤਿ ਸ਼੍ਰੀ ਅਕਾਲ ਮਿਲਦੇ ਤੁਹਾਨੂੰ ਨੈਕਸਟ ਵੀਡੀਓ ਰਾਹੀਂ ਹੱਸਦੇ ਵੱਧਦੇ ਰਹੋ ਜੀ।